सारिआं दा ही पूरे मीडिया का धन्यवाद करते हैं संयुक्त किसान मोर्चे वालों। अज की जिहड़ी मीटिंग है वह खेतीबाड़ी मंत्री दे नाल पूरे SKM की रखी गई सी और उस ते जिहड़ियां मंगां दा पूरा चार्टर बनाया गया सीगा वह मैं तुहानूं दस दिंदा मोटा मोटा, बाकी डॉक्टर साहब ने तैयार किया है सारा, डॉक्टर साहब भी दसणगे। जिहड़े मेन इशू सन इहदे विच ਉਹ ਸੀਗੇ ਵੀ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਔਰ ਜਿਹੜਾ ਫਸਲਾਂ 'ਤੇ ਸਾਡਾ ਸਮਰਥਨ ਮੁੱਲ ਜਾਂ ਬਕਾਇਆ ਰਾਸ਼ੀ ਗੰਨੇ ਦੀ, ਆਬਾਦਕਾਰਾਂ ਦੀ ਜਿਹੜੀ ਜ਼ਮੀਨ ਵਾਲਾ ਮਸਲਾ ਸਰਕਾਰ ਜਿਹੜੀ ਕਬਜ਼ੇ ਲਈ ਜਾਂਦੀ ਹੈ ਫਟਾਫਟ ਉਹ ਧੱਕੇ ਦੇ ਨਾਲ ਉਹਦੇ ਵਾਸਤੇ ਕਰਜ਼ੇ ਦੇ ਸੰਬੰਧ ਵਿੱਚ ਔਰ ਕੁਦਰਤੀ ਆਫਤਾਂ ਦੇ ਸੰਬੰਧ ਵਿੱਚ ਜਿਹੜੀ ਫਸਲ 'ਤੇ ਆਉਂਦੀਆਂ ਨਕਲੀ ਬੀਜ ਉਹਨਾਂ ਦੇ ਸੰਬੰਧ ਵਿੱਚ ਰੋਜ਼ਗਾਰ ਪੈਨਸ਼ਨ एक बड़ा इशू ਇਹ ਸੀਗਾ ਪਾਣੀਆਂ ਦਾ, ਜਿਹੜਾ ਪੰਜਾਬ ਦੇ ਪਾਣੀਆਂ ਦਾ ਮੇਨ ਇਸ਼ੂ ਵੱਡਾ ਹੈ ਔਰ ਮੇਨ ਇਸ਼ੂ ਇਹਦੇ ਵਿੱਚ ਸੀਗਾ ਗੰਨੇ ਦੇ ਬਕਾਇਆ ਰਾਸ਼ੀ ਨੂੰ ਲੈ ਕੇ। ਸੋ ਇਹਦੇ ਵਿੱਚ ਹੋਰ ਜਿਹੜਾ ਪੰਜਾਬੀ ਲੋਕਾਂ ਦੀ ਜਿਹੜੀ ਭਰਤੀ ਘਟਾਈ ਜਾ ਰਹੇ ਨੇ ਦਫ਼ਤਰਾਂ 'ਚ, ਜਿਹੜੀ ਅੰਗਰੇਜ਼ੀ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ, ਪੰਜਾਬੀ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ, ਜਿਹੜਾ ਬਿਜਲੀ ਦੇ ਮਸਲੇ ਸਨ ਉਹ ਸਾਰੇ ਨਾਲ ਇਹਦੇ ਵਿਚਾਰੇ ਗਏ ਨੇ। ਮੈਂ ਹੁਣ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਕਿ ਉਹ ਪਹਿਲੇ ਦੋ ਇਸ਼ੂ ਜਿਹੜੇ ਆ ਉਹ ਪਹਿਲਾ ਇਸ਼ੂ ਸੀਗਾ ਲਖਵਾਲ ਸਾਹਿਬ ਕੋ ਕਿਸਾਨੀ ਅੰਦੋਲਨ 'ਤੇ, ਇਹ ਬਰੀਫ ਕਰ ਦੇਣ ਅਤੇ ਮੈਂ ਬੇਨਤੀ ਕਰਦਾ ਇਹਨਾਂ ਨੂੰ ਲਖਵਾਲ ਸਾਹਿਬ ਨੂੰ ਉਹ ਰੇਸ ਕਰ ਦੇਣ ਇਹਨੂੰ। ਹਾਂਜੀ, ਜਿਹੜੇ ਸਾਡੇ ਕਿਸਾਨ 750 ਬਾਰਡਰਾਂ ਦੇ ਉੱਪਰ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਮੁਆਵਜ਼ਾ ਜਿਹੜਾ ਪੰਜਾਬ ਸਰਕਾਰ ਵੱਲੋਂ ਅਤੇ ਨੌਕਰੀ ਨਹੀਂ ਸੀ ਮਿਲੀ। ਅਸੀਂ ਪਿਛਲੇ ਦਿਨੀ ਵੀ ਅਪੀਲਾਂ ਕੀਤੀਆਂ ਸੀ, 100-125 ਦੇ ਕਰੀਬ ਕਿਸਾਨ ਸਾਡਾ ਰਹਿੰਦਾ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ, ਮੁਆਵਜ਼ਾ ਨਹੀਂ ਮਿਲਿਆ। ਉਹ ਅੱਜ ਅਸੀਂ ਬੇਨਤੀ ਕੀਤੀ ਗਈ ਆ ਅਤੇ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਉਹਨਾਂ ਨੂੰ ਨੌਕਰੀ ਵੀ ਮਿਲੇਗੀ ਅਤੇ ਮੁਆਵਜ਼ਾ ਵੀ ਮਿਲੇਗਾ। ਦੂਸਰਾ ਜਿਹੜੇ ਸਾਡੇ ਕਿਸਾਨ ਉਹ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਸੀ, ਕਈਆਂ ਨੂੰ 4th ਕਲਾਸ ਮਿਲ ਗਈਆਂ ਸੀ ਭਾਵੇਂ BA MA ਸੀ, ਉਹ ਵੀ ਅਸੀਂ ਬੇਨਤੀ ਕੀਤੀ ਆ ਵੀ ਉਹਨਾਂ ਦੀ ਯੋਗਤਾ ਮੁਤਾਬਕ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਮਿਲ ਜਾਣ। ਦੂਸਰਾ ਉਹਨਾਂ ਨੂੰ ਕਿਹਾ ਕਨੈਕਸ਼ਨ ਬਿਜਲੀ ਦੀਆਂ ਮੋਟਰਾਂ ਨਹੀਂ ਹੈਗੀਆਂ, ਕਿਸਾਨਾਂ ਨੇ ਸਾਨੂੰ ਕਿਹਾ ਸੀ, ਅਸੀਂ ਕਿਹਾ ਫ੍ਰੀ ਉਹਨਾਂ ਨੂੰ ਜਿਹੜੇ ਬਿਜਲੀ ਦੇ ਕਨੈਕਸ਼ਨ ਦਿੱਤੇ ਜਾਣ। ਦੂਸਰੀ ਜਿਹੜੀ ਮੇਰੇ ਕੋਲ ਮੰਗ ਸੀ ਅਵਾਰਾ ਡੰਗਰ ਅਤੇ ਪਾਲਤੂ ਡੰਗਰਾਂ ਦੀ ਗੱਲ ਸੀ, ਅਸੀਂ ਕਿਹਾ ਪਾਲਤੂ ਡੰਗਰ ਇੰਨੇ ਤੁਰੇ ਫਿਰਦੇ ਆ ਜਿਵੇਂ ਸਾਡੇ 'ਤੇ ਤੁਸੀਂ ਸੀਟ ਬੈਲਟ ਦਾ 5,000-10,000 ਜੁਰਮਾਨਾ ਲਾਉਂਦੇ ਹੋ, ਇਸ ਤਰ੍ਹਾਂ ਹੀ ਇਹ ਕਾਨੂੰਨ ਆ ਵੀ ਅਵਾਰਾ ਡੰਗਰ ਸੜਕਾਂ 'ਤੇ ਨਹੀਂ ਫਿਰ ਸਕਦੇ, ਉਹਨਾਂ ਲਈ ਵੀ ਜਿਹੜੇ ਪਾਲਤੂ ਡੰਗਰ ਲਈ ਫਿਰਦੇ ਆ ਉਹਨਾਂ 'ਤੇ ਵੀ ਜੁਰਮਾਨਾ ਫਿਕਸ ਕਰੋ ਅਤੇ ਇਹਨਾਂ ਨੂੰ ਬੰਦ ਕਰੋ, ਇਹ ਐਕਸੀਡੈਂਟ ਦਾ ਵੱਡਾ ਕਾਰਨ ਬਣਦੇ ਆ। ਦੂਸਰਾ ਸੀਗਾ ਜਿਹੜੇ ਅਵਾਰਾ ਡੰਗਰ ਆ, ਤੁਸੀਂ ਗਊ ਸੈੱਸ ਸਾਡੇ ਤੋਂ ਲੈ ਰਹੇ ਹੋ, 1,000 ਕਰੋੜਾਂ ਰੁਪਈਆ ਤੁਸੀਂ ਇਕੱਠਾ ਕਰ ਰਹੇ ਹੋ, ਇਹਨਾਂ ਦਾ ਪ੍ਰਬੰਧ ਕਰੋ, ਇਹਨਾਂ ਲਈ ਸਲੈਕਟਰ ਹਾਊਸ ਦਿਓ ਪੰਜਾਬ 'ਚ ਖੋਲ੍ਹੋ। ਜੇ ਸਲੈਕਟਰ ਹਾਊਸ ਨਹੀਂ ਖੋਲ੍ਹਣੇ ਤਾਂ ਇਹਨਾਂ ਨੂੰ ਪਾਕਿਸਤਾਨ ਗੱਡੀ ਰਾਹੀਂ ਜਾਂ ਹੋਰ ਸੂਬਿਆਂ 'ਚ ਭੇਜੋ। ਜਿਹੜੇ ਕੁੱਤੇ ਤੁਰੇ ਫਿਰਦੇ ਆ ਉਹ ਨਾਗਾਲੈਂਡ ਕੁੱਤਿਆਂ ਦੀ ਕਾਫੀ ਮੰਗ ਆ, ਉੱਥੇ ਤੁਸੀਂ ਭੇਜੋ। ਇਹ ਦੋ ਜਿਹੜੀਆਂ ਚੀਜ਼ਾਂ ਸੀ ਮੇਰੀਆਂ ਸੀ, ਬਾਕੀ ਰਾਏ ਸਾਹਿਬ ਦੱਸਣਗੇ। ਮੈਂ ਦੱਸਣਾ ਚਾਹੁੰਦਾ ਵੀ ਖਾਸ ਕਰ ਜਿਹੜਾ ਗੰਨੇ ਦਾ ਇਸ਼ੂ ਸੀਗਾ ਉਹ ਅਸੀਂ ਕੁਛ ਦਿਨ ਪਹਿਲਾਂ ਵੀ ਮੰਤਰੀ ਜੀ ਨਾਲ ਮੀਟਿੰਗ ਕਰਕੇ ਗਏ ਸੀ, ਉਸ ਦਿਨ ਕੇਵਲ ਫਗਵਾੜਾ ਮਿੱਲ ਦਾ ਇਸ਼ੂ ਰੇਸ ਕੀਤਾ ਸੀ ਔਰ ਜਿਹੜੀਆਂ ਪੰਜਾਬ ਦੀਆਂ ਸਾਰੀਆਂ ਮਿੱਲਾਂ ਦਾ ਵੀ ਇਹਨਾਂ ਨੂੰ ਬਕਾਇਆ ਦੱਸਿਆ ਸੀ ਵੀ ਇੰਨਾ ਬਕਾਇਆ ਸਾਡਾ 600 ਕਰੋੜ ਖੜਾ ਹੈ। ਸੋ ਮੰਤਰੀ ਜੀ ਨੇ ਕਿਹਾ ਸੀ ਵੀ ਜਿਹੜੀ ਤੁਸੀਂ ਮੀਟਿੰਗ ਦੀ ਮੰਗ ਕਰ ਰਹੇ ਹੋ SKM ਦੀ, ਉਹਦੇ ਵਿੱਚ ਅਸੀਂ ਇਹ ਤੁਹਾਨੂੰ ਜ਼ਰੂਰ ਇਹਦਾ ਕੋਈ ਹੱਲ ਕੱਢ ਕੇ ਦੇਵਾਂਗੇ। ਸੋ ਉੱਥੇ ਮੰਤਰੀ ਜੀ ਨੇ ਕਿਹਾ ਹੈਗਾ ਕਿ ਜਿਹੜਾ ਸਹਿਕਾਰੀ ਮਿੱਲਾਂ ਦਾ 300 ਕਰੋੜ ਹੈ ਉਹ 100-100 ਕਰੋੜ ਰੁਪਈਆ 3 ਕਿਸ਼ਤਾਂ 'ਚ ਪਾਉਣਗੇ ਔਰ ਜਿਹੜੀਆਂ ਮਿੱਲਾਂ ਨੇ ਸਹਿਕਾਰੀ ਉਹਨਾਂ ਦਾ ਜਿੰਨਾ ਢਾਂਚਾ ਵੀ ਪੁਰਾਣਾ ਹੋਇਆ ਮਸ਼ੀਨਰੀ ਉਹਨੂੰ ਨਵੀਂ ਮਸ਼ੀਨਰੀ ਲਾ ਕੇ ਦੇਣਗੇ। ਜਿਹਦੇ ਵਿੱਚੋਂ 2 ਮਿੱਲਾਂ ਉਹਨਾਂ ਨੇ ਕਿਹਾ ਗੁਰਦਾਸਪੁਰ ਦੀਆਂ ਬਟਾਲੇ ਦੀਆਂ 2 ਮਿੱਲਾਂ ਦੀ ਜਿਹੜੀ ਆ ਉਹ ਸ਼ੁਰੂ ਕਰ ਦਿੱਤਾ ਹੈਗਾ। ਸੋ ਮੈਂ ਅੱਗੇ ਆਵਾਦਕਾਰਾਂ ਦਾ ਔਰ ਬਾਕੀ ਕਰਜ਼ਾ ਦਾ ਜਿਹੜਾ ਉਹਦੇ ਵਿੱਚ ਹੀ MSP ਦੇ ਵਿੱਚ ਜਿਵੇਂ ਭਗਵੰਤ ਮਾਨ ਜੀ ਨੇ ਮੂੰਗੀ ਬਾਰੇ ਗੱਲ ਕੀਤੀ ਸੀ, ਮੂੰਗੀ ਦਾ ਉਹ ਕਹਿੰਦੇ ਸੀ MSP 'ਤੇ ਅਸੀਂ ਦੇਵਾਂਗੇ, ਖਰੀਦਾਂਗੇ। ਅੱਜ ਬੜੀ ਜ਼ੋਰ ਨਾਲ ਰੇਜ਼ ਕੀਤਾ ਔਰ ਮੰਤਰੀ ਜੀ ਨੂੰ ਮਜਬੂਰ ਕੀਤਾ ਇਸ ਗੱਲ ਲਈ ਕਿ ਜਿਹੜੀ ਮੂੰਗੀ ਘੱਟ ਰੇਟ 'ਤੇ ਵਿਕੀ ਹੈ ਜਾਂ ਜਿਹੜੀ ਮੂੰਗੀ ਲੋਕਾਂ ਦੇ ਘਰਾਂ 'ਚ ਪਈ ਆ ਉਹ ਖਰੀਦੀ ਜਾਵੇ, ਜੋ ਘੱਟ ਰੇਟ 'ਤੇ ਵਿਕੀ ਆ ਉਹਦਾ ਜੋ ਬਕਾਇਆ ਬਣਦਾ ਉਹ ਦਿੱਤਾ ਜਾਵੇ ਕਿਸਾਨਾਂ ਨੂੰ। ਉਹਨਾਂ ਨੇ ਇਸ ਗੱਲ ਦਾ ਯਕੀਨ ਦਵਾਇਆ ਵੀ ਅਸੀਂ ਫੈਸਲਾ ਕੀਤਾ ਦੇਵਾਂਗੇ, ਜੇ ਵੀ ਕਿਤੇ ਕਮੀ ਰਹਿ ਰਹੀ ਹੈ। ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਵੀ ਡਿਟੇਲ ਕਰਕੇ ਦੱਸੋ ਸਾਨੂੰ ਵੀ ਇਹਦੇ 'ਤੇ ਕੀ ਕਰਨਾ। ਉਦੋਂ ਅਗਲਾ ਮਸਲਾ ਸਾਡਾ ਸੀ ਆਬਾਦਕਾਰਾਂ ਦਾ, ਅਤੇ ਉਹ ਚਲੋ ਇਹਨਾਂ ਦੇ ਮਹਿਕਮੇ ਨਾਲ ਨਹੀਂ ਸੀ, ਉਹਨਾਂ ਨੇ ਸੁਣ ਲਿਆ, ਕਹਿੰਦੇ ਕਿ ਅਗਲੀ ਵਾਰੀ ਕਰਾਂਗੇ। ਕਰਜ਼ੇ ਦੇ ਮਸਲੇ ਦੇ ਉੱਤੇ ਉਹਨਾਂ ਨੇ ਇੰਨਾ ਕੁ ਜ਼ਰੂਰ ਕਿਹਾ, ਕਰਜ਼ੇ ਦੇ ਮਸਲੇ 'ਤੇ ਅਸੀਂ ਬਹੁਤ ਡੂੰਘੇ ਤਰੀਕੇ ਨਾਲ ਦੱਸਿਆ ਇਹਨੂੰ ਸਰਕਾਰ ਨੂੰ ਕਿ ਪੰਜਾਬ ਸਰਕਾਰ ਨਾਲ ਤੁਹਾਨੂੰ ਇੱਕ ਗੱਲ ਦੇ ਦਈਏ ਦੱਸ ਲਈਏ ਕਿ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 2 ਲੱਖ ਰੁਪਏ ਦੀ ਕਰਜ਼ੇ 'ਤੇ ਲੀਕ ਮਾਰਨ ਦਾ ਫੈਸਲਾ ਹੋਇਆ ਸੀ।
ਅਸੀਂ ਮੰਗ ਕੀਤੀ ਹੈ ਸਰਕਾਰ ਤੋਂ ਕਿ 2 ਲੱਖ ਰੁਪਇਆ ਜਿਹੜਾ ਖਤਮ ਲੀਕ ਮਾਰੀ ਜਾ ਰਹੀ ਸੀ ਕਿਸਾਨਾਂ ਦੇ ਜਿਹੜੇ ਰਹਿ ਗਏ ਘੱਟੋ ਘੱਟ ਉਹਨਾਂ ਦੇ ਤਾਂ ਲੀਕ ਮਾਰੋ। ਅਗਲੇ ਆਉਣ ਵਾਲੇ ਸਮੇਂ 'ਚ ਕਰਜ਼ੇ ਦੇ ਉੱਤੇ ਕਿਵੇਂ ਡੀਲ ਕਰਨਾ, ਕਰਜ਼ਾ ਰਬੇੜੂ ਕਾਨੂੰਨ ਬਣਾਉਣਾ, ਮਨੀ ਲੈਂਡਿੰਗ ਐਕਟ ਬਣਾਉਣਾ ਵਗੈਰਾ ਵਗੈਰਾ, ਇਹਦੇ 'ਤੇ ਅਸੀਂ ਕਿਹਾ ਵੀ ਚੱਲ ਅਗਲੇ ਸਮੇਂ 'ਚ ਡਿਸਕਸ਼ਨ ਕਰਾਂਗੇ। ਰਾਜਪੁਰਾ ਦੇ ਵਿੱਚ ਕੁਦਰਤੀ ਆਫਤਾਂ ਦੇ ਵਿੱਚ ਆ ਰਿਹਾ, ਰਾਜਪੁਰੇ ਦੇ ਵਿੱਚ ਮਾੜੇ ਸੀਡ ਕਰ ਦੇਣ ਕਰਕੇ ਹਜ਼ਾਰਾਂ ਮਤਲਬ ਕਿ ਕਿਸਾਨਾਂ ਦਾ 70-70 ਹਜ਼ਾਰ ਪ੍ਰਤੀ ਏਕੜ ਦਾ ਨੁਕਸਾਨ ਹੋ ਗਿਆ। ਉਹਦੇ 'ਚ ਉਹਨਾਂ ਨੇ ਬਕਾਇਦਾ ਅਨਾਊਂਸ ਕੀਤਾ ਕਿ ਰਾਜਪੁਰੇ ਦੇ ਵਾਸਤੇ ਅਸੀਂ ਬਕਾਇਦਾ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਰਹੇ ਹਾਂ, ਅਤੇ ਜਿਹੜੇ ਵੀ ਸੰਬੰਧਿਤ ਐਗਰੀਕਲਚਰ ਅਫਸਰ ਨੇ ਉਹਨਾਂ ਦਾ ਉਹਨਾਂ ਦੇ ਖਿਲਾਫ਼ ਕਾਰਵਾਈ ਕਰ ਰਹੇ ਹਾਂ। ਹਾਂ, ਸੋ ਅਗਲੀ ਗੱਲ ਜਿਹੜੀ ਹੈਗੀ ਆ ਮੈਂ ਕਾਦੀਆਂ ਜੀ ਨੂੰ ਕਹਾਂਗਾ ਕਿ ਉਹ ਬੋਲਣ। ਐਸ ਕੇ ਐਮ ਵੱਲੋਂ ਇੱਕ ਗੱਲ ਰੱਖੀ ਗਈ ਸੀ ਵੀ ਜਿੰਨੇ ਸਾਡੇ ਮੁੱਦੇ ਹੁੰਦੇ ਆ ਉਹ ਕਈ ਇਕਨੋਮਿਕਲੀ ਨੇ, ਕਈ ਲੰਬੇ ਤੌਰ 'ਤੇ ਹੁੰਦੇ ਆ, ਪਰ ਇੱਕ ਛੋਟੇ ਤੌਰ 'ਤੇ ਜਿਹੜੇ ਨਕਲੀ ਬੀਜ ਅਤੇ ਨਕਲੀ ਖਾਦਾਂ ਵਿਕਰੀਆਂ ਨੇ, ਅੰਨਾ ਹੀ ਲੁੱਟ ਹੋ ਰਹੀ ਆ ਕਿਸਾਨਾਂ ਦੀ, ਨਾਲ ਫਸਲਾਂ ਦੀ ਬਰਬਾਦੀ ਹੁੰਦੀ ਆ। ਕਿਉਂਕਿ ਹੁਣ ਚਿੱਟੀ ਮੱਖੀ ਦਾ ਉਹ ਆਪ ਦੇਖ ਕੇ ਆਏ ਸੀ ਵੀ ਚਿੱਟੀ ਮੱਖੀ ਦੇ ਉੱਤੇ ਜਿਹੜੇ 6-6 ਸਪਰੇਆਂ ਹੋਈਆਂ ਅਸਰ ਨਹੀਂ ਹੋਇਆ, ਅਤੇ PAU ਦੀ ਰਿਕਮੈਂਡੇਸ਼ਨ 1 ਜਾਂ 2 ਸਪਰੇਆਂ ਦੇ ਉੱਤੇ ਆ ਜਿਹੜੀ ਚਿੱਟੀ ਮੱਖੀ ਮਰ ਜਾਂਦੀ ਆ, ਤਾਂ ਉਹਦਾ ਸਿੱਧਾ ਇਹ ਮਤਲਬ ਨਿਕਲ ਰਿਹਾ ਵੀ ਉਹ ਜਿਹੜੀ ਦਵਾਈਆਂ ਸੀ ਉਹ ਨਕਲੀ ਸੀਗੀਆਂ, ਜਿਹੜੀ ਕਿ ਕਿਸਾਨ ਦਾ ਖਰਚਾ ਵੀ ਵਧਾ ਰਹੀਆਂ ਅਤੇ ਨੁਕਸਾਨ ਵੀ ਕਰ ਰਹੀਆਂ। ਆਉਣ ਵਾਲੇ ਸਮੇਂ ਦੇ ਵਿੱਚ ਇਹ ਨਕਲੀ ਦਵਾਈ ਅਤੇ ਨਕਲੀ ਬੀਜ ਦੇ ਉੱਤੇ ਸਿਕੰਜਾ ਕੱਸ ਕੇ ਇਹਨਾਂ ਨੂੰ ਇੱਕ ਪਾਸੇ ਲਿਆ ਜਾਵੇ, ਅਤੇ ਕਿਸਾਨਾਂ ਨੂੰ ਚੰਗਾ ਬੀਜ ਅਤੇ ਓਰੀਜਨਲ ਦਵਾਈਆਂ ਮੁਹੱਈਆ ਕਰਾਈਆਂ ਜਾਣ, ਜਿਹੜੀ ਕਿ ਉਹਨਾਂ ਨੇ ਸਾਡੀ ਮੰਗ ਨੂੰ ਮੰਨਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਐਕਸ਼ਨ ਇਹ ਜ਼ਮੀਨੀ ਪੱਧਰ 'ਤੇ ਦਿਖੂਗਾ। ਪਾਣੀਆਂ 'ਤੇ ਜਾਣ ਵੀਰ ਜੀ, ਨਹਿਰੀ ਪਾਣੀਆਂ ਦੀ ਗੱਲ ਹੋਈ ਹੈ, ਨਹਿਰੀ ਪਾਣੀਆਂ ਨੂੰ ਦੇਖੋ ਇੰਡਸਟਰੀਆਂ ਵੱਲੋਂ ਖਰਾਬ ਕੀਤਾ ਜਾ ਰਿਹਾ, ਦੂਸ਼ਿਤ ਕੀਤਾ ਜਾ ਰਿਹਾ, ਔਰ ਉਹਦੇ ਵਾਸਤੇ ਉਹਨਾਂ 'ਤੇ ਕੇਸ ਦਰਜ ਕਰਨ ਵਾਸਤੇ ਵੀ ਗੱਲ ਰੱਖੀ ਗਈ ਹੈ ਕਿ ਉਹਨਾਂ 'ਤੇ ਕੋਈ ਨਾ ਕੋਈ ਪਾਬੰਦੀ ਲਗਾਈ ਜਾਵੇ ਤਾਂ ਜੋ ਜਿਹੜਾ ਪਾਣੀ ਹੈ ਜ਼ਹਿਰੀਲਾ ਨਾ ਹੋਵੇ, ਸਾਫ਼ ਸੁਥਰਾ ਰਹੇ। ਸੋ ਪੰਜਾਬ ਪਾਣੀਆਂ ਦੀ ਧਰਤੀ ਹੈ ਅਤੇ ਪੰਜਾਬ ਨੂੰ ਹੀ ਵੱਧ ਪਾਣੀ ਮਿਲਣਾ ਚਾਹੀਦਾ, ਇਸ ਗੱਲ 'ਤੇ ਵੀ ਬਹੁਤ ਲੰਬੀ ਚਰਚਾ ਹੋਈ ਹੈ। ਔਰ ਸਾਡੇ ਦੁਆਬੇ ਦੇ ਵਿੱਚ ਸਿਰਫ 2 ਨਹਿਰਾਂ ਹੀ ਆ, ਇੱਕ ਬਿਸਤ ਦੁਆਬ ਨਹਿਰ ਔਰ ਦੂਜੀ ਕੰਢੀ ਕਨਾਲ ਨਹਿਰ, ਔਰ ਇੱਕ ਜਿਹੜੀ ਕੰਢੀ ਕਨਾਲ ਨਹਿਰ ਆ ਉਹ 'ਤੇ ਪਿਛਲੇ 58 ਦਿਨਾਂ ਤੋਂ ਲਗਾਤਾਰ ਕਿਸਾਨਾਂ ਵੱਲੋਂ ਅਤੇ ਇੱਕ ਯੂਨੀਅਨ ਵੱਲੋਂ ਧਰਨਾ ਲੱਗਾ ਹੋਇਆ ਆ, ਔਰ ਉਹ ਧਰਨਾ ਲਗਾਤਾਰ ਇਸ ਕਰਕੇ ਲੱਗਾ ਹੋਇਆ ਆ ਕਿ ਉਹਦਾ ਜਿਹੜਾ ਥੱਲਾ ਆ 6 ਫੁੱਟ ਉਹਨੂੰ ਕੱਚਾ ਰੱਖਿਆ ਜਾਵੇ, ਕੱਚਾ ਤਾਂ ਰੱਖਿਆ ਜਾਵੇ ਕਿ ਜਿਹੜਾ ਪਾਣੀ ਦਾ ਲੈਵਲ ਉਹ ਅਪ ਰਵੇ, ਉਹਦਾ ਮੈਂਟੇਨ ਬਣਿਆ ਰਵੇ। ਸੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਪਿੱਛੇ ਆਪਣੇ ਜਦੋਂ ਮੀਟਿੰਗ ਹੋਈ ਸੀ ਲਾਸਟ ਟਾਈਮ ਸਾਡੀਆਂ ਕਿਸਾਨ ਜਥੇਬੰਦੀਆਂ ਦੀ, ਕਿ ਜਿੰਨੀਆਂ ਵੀ ਪੰਜਾਬ ਦੀਆਂ ਨਹਿਰਾਂ ਉਹਨਾਂ ਨੂੰ ਥੱਲਿਓਂ ਕੱਚਾ ਰੱਖਿਆ ਜਾਵੇਗਾ, ਪਰ ਨਹਿਰੀ ਵਿਭਾਗ ਇਹ ਮੰਨ ਨਹੀਂ ਰਿਹਾ, ਔਰ ਅੱਜ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਕਿ ਜਿੰਨੀਆਂ ਪੰਜਾਬ ਦੀਆਂ ਨਹਿਰਾਂ ਉਹਨਾਂ ਨੂੰ ਥੱਲੇ ਕੱਚਾ ਰੱਖਿਆ ਜਾਵਾਂਗੇ ਅਤੇ ਉਹਦਾ ਨੋਟੀਫਿਕੇਸ਼ਨ ਵੀ ਜਿਹੜਾ ਛੇਤੀ ਤੋਂ ਛੇਤੀ ਅਸੀਂ ਕਰ ਦੇਵਾਂਗੇ। ਔਰ ਦੂਜੀ ਗੱਲ ਕਿ ਅਸੀਂ ਚਾਹੁੰਦੇ ਹਾਂ ਕਿ ਦੁਆਬੇ ਦੇ ਵਿੱਚ ਸਾਨੂੰ 2 ਨਹਿਰਾਂ ਹੋਰ ਦਿੱਤੀਆਂ ਜਾਣ, ਕਿਉਂਕਿ 2 ਨਹਿਰਾਂ ਹੀ ਆ, ਇੱਕ ਬਿਸਤ ਦੁਆਬ ਨਹਿਰ ਆ, ਉਹਦੇ ਉੱਪਰ ਵੀ ਸਰਕਾਰ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਲਾ ਰਹੀ ਆ, LT ਕੰਪਨੀ ਦਾ ਵਾਟਰ ਟ੍ਰੀਟਮੈਂਟ ਪਲਾਂਟ ਲਾ ਰਹੀ ਆ, ਅਤੇ ਉਹਨੂੰ ਸਿਰਫ ਮੈਨੂੰ ਲੱਗਦਾ ਕਿ ਇਹ ਪਾਣੀ ਪੀਣ ਵਾਲੇ ਪਾਣੀ ਵਾਸਤੇ ਉਹਦਾ ਪ੍ਰਯੋਗ ਹੋਊਗਾ, ਕਿਸਾਨਾਂ ਨੂੰ ਖੇਤਾਂ ਵਾਸਤੇ ਉਹਦਾ ਉਹਦੇ 'ਤੇ ਵੀ ਪਾਬੰਦੀ ਲੱਗ ਜਾਣੀ ਆ। ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਪਾਣੀ ਪੰਜਾਬ ਦੇ ਖੇਤਾਂ ਨੂੰ ਮਿਲੇ, ਤਾਂ ਹੀ ਜਿਹੜਾ ਕਿਤੇ ਨਾ ਕਿਤੇ ਪਾਣੀ ਦਾ ਲੈਵਲ ਅਪ ਹੋਊ। ਮੈਂ ਸ਼ਾਦੀਪੁਰ ਸਾਹਿਬ ਨੂੰ ਬੇਨਤੀ ਕਰ, ਜੋ ਰਾਜਪੁਰੇ ਵਾਲਾ ਮਸਲਾ ਡਾਕਟਰ ਸਾਹਿਬ ਨੇ ਦੱਸਿਆ ਨਕਲੀ ਬੀਜਾਂ ਦਾ, ਸੂਰਜਮੁਖੀ ਦਾ ਬੀਜ ਉੱਥੇ ਕਈਆਂ ਪਿੰਡਾਂ ਦੇ ਵਿੱਚ ਉਸ ਫਰਮ ਨੇ ਦਿੱਤਾ ਅਤੇ ਉਹਦੇ ਨਾਲ ਫਸਲਾਂ ਖਰਾਬ ਹੋ ਗਈਆਂ ਬਿਲਕੁਲ, ਅਤੇ ਐਗਰੀਕਲਚਰ ਕੋਲ ਉਹਨਾਂ ਨੇ ਜਦੋਂ ਗੱਲ ਕੀਤੀ, ਐਗਰੀਕਲਚਰ ਮਹਿਕਮਾ ਆਪ ਗਿਆ ਉੱਥੇ, ਆਪ ਵੇਖ ਕੇ ਜਾ ਕੇ ਉਹਨਾਂ ਕਿਸਾਨਾਂ ਨੂੰ ਇਹ ਗੱਲ ਕਹਿ ਗਿਆ ਕਿ ਬੀਜ ਲੱਗਣ ਦੇ ਲਾਇਕ ਨਹੀਂ, ਇਹਨੂੰ ਵਾਹ ਦਿਓ, ਉਹਨਾਂ ਨੇ ਵਾਹ ਦਿੱਤਾ, ਔਰ ਉਸ ਤੋਂ ਬਾਅਦ ਕੋਈ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉੱਥੇ ਫਿਰ ਉਹ ਧਰਨਾ ਵੀ ਲਾਇਆ, 4 ਜੁਲਾਈ ਤੋਂ ਧਰਨਾ ਚੱਲ ਰਿਹਾ, ਜਦੋਂ ਅਸੀਂ ਗੱਲ ਰੱਖੀ ਇਹ ਮੁੱਦਾ ਮੇਰੇ ਕੋਲ ਸੀਗਾ, ਅਤੇ ਮੰਤਰੀ ਸਾਹਿਬ ਨੇ ਵੈਸੇ ਵਿਸ਼ਵਾਸ ਦਿਵਾਤਾ ਡਾਕਟਰ ਸਾਹਿਬ ਨੇ ਦੱਸਿਆ ਪਹਿਲਾਂ ਵੀ ਕਿ ਉਹਨਾਂ ਦੇ ਖਿਲਾਫ਼ ਕਾਰਵਾਈ ਵੀ ਸਖ਼ਤ ਹੋਊਗੀ ਅਤੇ ਲਾਇਸੈਂਸ ਜਿਹੜੇ ਨੇ ਉਹਨਾਂ ਦੇ ਬਿਲਕੁਲ ਕੈਂਸਲ ਕੀਤੇ ਜਾਣਗੇ, ਤੁਹਾਨੂੰ ਇਹ 1-2 ਦਿਨਾਂ ਦੇ ਅੰਦਰ ਹੀ ਸਾਰਾ ਰਿਜ਼ਲਟ ਹੈ ਜਿਹੜਾ ਇਹ ਮਿਲ ਜੂਗਾ। ਇੱਕ VDS ਸਕੀਮ ਦੀ ਅਸੀਂ ਉਹਨਾਂ ਕੋਲ ਗੱਲ ਰੱਖੀ ਕਿ ਬਿਜਲੀ ਦਾ ਜਿਹੜਾ ਲੋਡ ਵਧਾਉਣ ਦਾ, ਇਹ ਬੜੀ ਵੱਡੀ ਸਮੱਸਿਆ ਸੀ, ਤਾਂ ਮੰਗ ਕਰਦੇ ਹਾਂ ਜਥੇਬੰਦੀਆਂ ਵੱਲੋਂ SKM ਵੱਲੋਂ ਕਿ ਉਹ ਸਾਰਾ ਸਾਲ ਚੱਲਦਾ ਰਹਿਣਾ ਚਾਹੀਦਾ, ਉਹ ਸਿਰਫ ਆ 2 ਮਹੀਨੇ ਆ ਕੇ ਚਲਾਉਂਦੇ ਨੇ ਅਤੇ ਉਹ 31 ਜੁਲਾਈ ਤੱਕ ਉਹ ਬੰਦ ਹੋਣ ਵਾਲਾ ਸੀ। ਅਸੀਂ ਉਹਨਾਂ ਨੂੰ ਇਹ ਮੰਗ ਕਰੀਏ ਵੀ ਇਹਨੂੰ ਵੀ ਅੱਬਲ ਤਾਂ ਸਾਰਾ ਸਾਲ ਚਲਾਇਆ ਜਾਵੇ, ਨਹੀਂ ਤਾਂ 1 ਮਹੀਨਾ ਘੱਟੋ ਘੱਟ ਹੋਰ ਵਧਾਇਆ ਜਾਵੇ, ਜਿਹੜਾ ਕਿ ਲੋਕ ਜਿਹੜੇ ਰਹਿ ਗਏ ਨੇ ਉਹ ਭਰ ਲੈਣ, ਮਹਿਕਮੇ ਵੀ ਇਹਦਾ ਫਾਇਦਾ ਹੁੰਦਾ, ਮਹਿਕਮੇ ਕੋਲ ਪੈਸਾ ਅੱਪੜਦਾ ਅਤੇ ਜਿਨ੍ਹਾਂ ਲੋਕਾਂ ਦੇ ਲੋਡ ਡਾਊਨ ਨੇ ਉਹ ਆਪਣੇ ਲੋਡ ਵਧਾ ਸਕਦੇ ਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਰੁਲਦੂ ਮਾਨਸਾ ਜੀ ਨੂੰ, ਉਹਨਾਂ ਨੇ ਵੀ ਇੱਕ ਇਸ਼ੂ ਰੇਸ ਕੀਤਾ ਸੀਗਾ, ਇਹਦੇ ਵਿੱਚ ਕਈ ਰੁਜ਼ਗਾਰ ਜਿਹੜਾ ਆਪਾਂ ਕਿਹਾ ਵੀ ਰੁਜ਼ਗਾਰ ਦਿੱਤਾ ਜਾਵੇ, ਪੈਨਸ਼ਨ ਜਿਹੜੀ ਕਿਸਾਨਾਂ ਨੂੰ ਉਹਦੇ ਵਿੱਚ ਜਿਹੜੀ ਮਨਰੇਗਾ ਦੀ ਸਕੀਮ ਦੇ ਅੰਦਰ ਲਿਆ ਕੇ
क्योंकि पहला भी पॉलिसी के वैसे जो 5 एकड़ तो थले वाले किसान है वह मनरेगा की पॉलिसी आते हैं पर सरकार नहीं किसानों लेंदियाँ इस करके जो छोटा किसान है 1 किले वाला 2 किले वाला वो खेत से ही दिहाड़ी करा के उन्होंने मनरेगा की जी पॉलिसी आ उस लिया जाए सरकार ने क्या वो बारे भी चर्चा करा सो मैं हम बेनती करा रोलदू मानसा जी ने अपने इशू से और रेस कर मानसा इलाके के थर्मल प्लांट लगा जी वाला तो उदो बाद कंपनी ने फैसला करेगा वायदा कर सरकार भी असी पानी जो शहरी का गंदा पानी है सीवरेज का वो पानी वरता नहीं पर पानी नहीं वरत्या पानी नहर का वरत्या बाकी स्पैशल एक वास्ते थर्मल प्लांट हड्ड नहर गई है नहर के बच्चों कढ़ के सूआ कढ़ के लगाए ने तो वो सीवरेज के पानी ना साडा शहर डुबदा असी पंजाब सरकार तो अज मंग की है भी मतलब सीवरेज का पानी वरतन तो जोड़ा नहर का पानी अभी खेतों से वरतेंगे नाले पानी कम आए वो एक मंग मैं रखी थी जी लैंडमार्क बैंक हैगी सारिया बैंक समझौते कर जाए लैंडमार्क बैंक मतलब समझौता नहीं करती अज असी कहा थी भी सातों कला मूल भरा लो ना लोग पैसे भरन तैयार ने ना सरकार का फायदा होजूगा नाले किसानों का फायदा होगा उनका खैड़ा छुट जूगा तीसरी मैं गल रखी थी भी जो सोसाइटिया के काफला होंगे ठीक है सैकटरी से परचा दर्ज हो जाए मतलब उत्थे प्रधान भी होंगे साढ़े किसानों भी होंगे ताकड़ा ही किसान प्रधान बन जाए माड़ी तो कोई प्रधान बन नहीं दिता घापड़े के जिम्मेदार होंगे घापड़े चो प्रधान बाहर रह जाता असी मंग करिए भी ये प्रधान भी उस मौके का जोड़ा भी प्रधान जो घापला होया उसे भी परचा दर्ज होना चाहिए खास मैं उदाहरण देनी चाहना मतलब पखो कैंची है पिछले बड़िया खबर भी लगियां उसे करोड़ों रुपये का घापला है सैकटरी अंदर है इको लाने के 5 प्रधान रहे ने बारी बारी उस लाने के उन्होंने किसी के परचा दर्ज अज भी असी मंत्री साहब को मंग उठाई हैगी मैं एक बेनती करनी चाहना दुबारे राय साहब ने भी गल रखी है अवारा पशु सानू बहुत तंग करते हैं गे अब तो मैं शुक्र है भी साड़िया जथेबंदियां ने जी मैं कला मंग करता रहे सारे पंजाब मैं कहना लाजमी है ये ना इन्हों का गऊशाला हल है ना इन्हों का पाकिस्तान हल है ना इन्हों का दिल्ली हल है जिमें साड़िया पका दिया फैक्ट्रिया लगदियाँ मीट प्लांट लगने चाहिए ने मैं गरंटी करदा प्रेस के मूहरे जे मीट प्लांट लग जा जिहड़ा किसान 100 पशु रखूगा दुध वाला साल की उन्होंने फंडर पशु बेचण दे बच्छा बेचे चाहे फंडर गां बेचे 14 लाख की आमदन होगी तो नाले साढ़े एक्सीडेंट नहीं होंगे एक असी इन्नी बेनती करते हैं जिहड़ी चिट्टी गां है उन्होंने रख लाँगे असी गोसा वह तूड़ी 5 किलो खाती है देसी गौ देसी गां कह दिए चिट्टी चिट्टी होंगी वो 5 किलो खाती है ये तो धनोगा खाता भी 3 क्विंटल है तो नाले लोट नहीं आता तुसी छड्डो हरा तां खा ले सच्ची ना तुसी प्रेस वाले हो पढ़े लिखे हो जिहड़ी हवा आपां खानी है पशु खा रहे हैं जिहड़ी हवा दे नाल आपां जिउणा है इहदे बारे आपां सारिआं नूं मंग करनी चाहीदी है मीट प्लांट लगने चाहीदे मेरी गल इह सो एक मसला सीगा शहीदां दी यादगार दा वह जिहड़ी असीं मंग कीती सी सरकार कोलों पिछली कोलों पिछली सरकार ने भी साडे नाल वादा कीता सी कैप्टन सरकार ने भी वादा कीता फिर चन्नी सरकार ने वादा कीता कि असीं तुहानूं शहीदां दी यादगार जिहड़ी आ बना के देवांगे सरकार वल्लों सारा खर्चा कीता जाएगा फैसला कीता सीगा और वह फैसला करन तों बाद यह भी कहा सी सरकार नूं असीं लुधियाने दे लागे कितें कोई जगह देख ली जाए सरकार ने मन ली सी गल पर वह हजे वह विचे ही रह गया क्योंकि सरकार हुण बदल गई तो वह सरकार का वादा रह गया अज असीं जिहड़े खेतीबाड़ी मंत्री धारीवाल साहब उन्होंने अज फिर गल की उन्होंने इस गल का सानूं भरोसा दवाया हुण वादा किया कि असीं यह जिहड़ी यादगार है वह भी बनावांगे और जिहड़े शहीदां दे परिवारां दे बच्चे उन्होंने नौकरियां भी देवे चन्नी सरकार वाले डॉक्टर विजय सिंगला जो मंत्री से उन्होंने सानू मॉडल दिखाया भी यह जहाँ अभी बना जा रहे एक जमीना कोयर का भी गल आई है वह भी असं मसला रखे भी सानू मार्केट रेट तो 3 गुणा बद जो कोयर करते हो हाईवे जमीना वह सानू दिता जाए मार्केट रेट तो 3 गुणा बद वह भी उन्होंने कहा बेचारा मैडम मैं साढ़े महिला कांग्रेस तो सॉरी महिला किसान यूनियन तो महिला किसान नहीं नहीं चलो कोई गल नहीं महिला किसान यूनियन तो ने मैं सॉरी पहला कुछ बोल गया सो अपना रखे इन्होंने भी एक बड़ा रेस किया जिहड़ा पंजाबी दा पंजाबी सूबे दा पंजाबी दी साडे मुलाजम दे विच जिहड़े भर्ती दा ओह इशू रेस किया सी उत्ते बोलणगे मेरा जिहड़ा विशा सी ना पंजाबी ते पंजाबियां नाल जिहड़ा धक्का हो रहा उहना उहना मंगां ते सी मेरा विशा पहले नंबर ते इह सी जिहड़े साडे पंजाब दे विच आ वख-वख विभाग आ जिहड़े उहना दे विच बाहरी भर्ती हो रही आ ते उह मैं मंत्री साहब नाल मुद्दा उठाया सी भी जिहड़ी बाहरी भर्ती हो रही आ इत्थों हो रही आ अपने राजस्थान हरियाणा गंगानगर बाहरले सूबियां तों भर्ती हो रही साडे जिहड़े आप दे खुद दे जिहड़े बच्चे साडे सूबे दे अपने पंजाब दे आ उन्हां दी भर्ती नहीं हो रही हैगी ते दूजे नंबर ते मैं कहा सी भी मंत्री साहब मैनूं विश्वास दवो जिहड़ा तुहाडे कोल महकमा आ
ਉਹਨਾਂ ਕੋਲ ਹੁਣ ਇਸ ਟਾਈਮ ਪੰਚਾਇਤ ਮਹਿਕਮਾ ਵੀ ਖੇਤੀਬਾੜੀ ਮਹਿਕਮਾ ਵੀ ਤੁਹਾਡੇ ਮਹਿਕਮੇ ਦੇ ਵਿੱਚ ਵੀ ਇਹ ਤਾਂ ਨਾ ਹੋਊਗਾ ਵੀ ਬਾਹਰੀ ਭਰਤੀ ਹੋਊਗੀ ਸਾਡੇ ਬੱਚੇ ਫਿਰ ਜਿਹੜੇ ਆ ਉਹ ਬੇਰੁਜ਼ਗਾਰੀ ਰਹਿ ਜਾਣਗੇ ਅਤੇ ਫਿਰ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਨਹੀਂ ਮੇਰੇ ਮਹਿਕਮੇ ਦੇ ਵਿੱਚ ਇੱਦਾਂ ਨਹੀਂ ਹੁੰਦਾ ਮੈਂ ਵੱਖ ਵੱਖ ਮਹਿਕਮਿਆਂ ਨਾਲ ਜ਼ਰੂਰ ਗੱਲ ਕਰੂੰਗਾ ਔਰ ਮੈਂ ਦੂਜੀ ਗੱਲ ਉਹਨਾਂ ਨਾਲ ਇਹ ਵੀ ਕੀਤੀ ਸੀ ਮੈਂ ਕਿਹਾ ਸਾਡੇ ਜਿੰਨੇ ਵੀ ਆਪਣੇ ਪੰਜਾਬੀ ਜਿਹੜੇ ਆਪਾਂ ਵੱਖ ਵੱਖ ਵਿਭਾਗਾਂ ਦੇ ਵਿੱਚ ਪੰਜਾਬੀ ਬੋਲਦੇ ਹਾਂ ਉੱਥੇ ਸਾਡੇ ਹੁਣ ਵੀ ਅੰਗਰੇਜ਼ੀ ਦੇ ਵਿੱਚ ਹੀ ਚੱਲਦਾ ਆ ਕੰਮ ਸਰਕਾਰੀ ਜਿਹੜੇ ਅਫਸਰ ਆ ਉਹ ਵੀ ਅੰਗਰੇਜ਼ੀ 'ਚ ਆਪਣਾ ਕੰਮ ਕਰਦੇ ਨੇ ਵੈਬਸਾਈਟਾਂ ਵੀ ਅੰਗਰੇਜ਼ੀ ਦੇ ਵਿੱਚ ਨੇ ਇੱਥੋਂ ਤੱਕ ਕਿ ਈਵਨ ਕਿ ਜਿਹੜਾ ਕੈਬਨਿਟ ਦਾ ਏਜੰਡਾ ਹੁੰਦਾ ਆ ਉਹ ਵੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਬਣਦਾ ਆ ਸਾਡੀ ਮਾਂ ਬੋਲੀ ਨੂੰ ਸਾਡੀ ਜਿਹੜੀ ਪੰਜਾਬ ਦੀ ਸਾਡੀ ਸਰਕਾਰ ਆ ਅਣਗੋਲਿਆਂ ਕਰੀ ਜਾ ਰਹੀ ਆ ਇਹ ਸੀ ਮੇਰੇ ਮੁੱਦੇ ਅਤੇ ਮੰਤਰੀ ਸਾਹਿਬ ਨੇ ਕਿਹਾ ਸੀ ਮੈਂ ਆਪਣੇ ਜਿਹੜੇ ਸਾਡੇ ਸਿੱਖਿਆ ਮੰਤਰੀ ਉਹਨਾਂ ਨਾਲ ਵੀ ਗੱਲ ਕਰੂੰਗਾ ਅਤੇ ਔਰ ਬਾਕੀਆਂ ਨਾਲ ਵੀ मैं ਟੁੱਡੀ ਕੇ ਸਾਹਿਬ ਨੂੰ ਬੇਨਤੀ ਕਰਾਂਗਾ ਉਹ ਵੀ 2 ਮਿੰਟ ਆ ਜਾਣ ਜੇ ਇਹਦੇ ਵਿੱਚ ਇਹ ਵੀ ਗੱਲ ਸੀਗੀ ਕਿ ਜਿਹੜੀ ਭੈਣ ਜੀ ਉਹਨਾਂ ਨੇ ਗੱਲ ਰੱਖੀ ਹੈ ਕਿ ਖਾਸ ਕਰ ਜਿਹੜਾ ਪੰਜਾਬੀ ਸੂਬਾ ਹੈ ਸਾਡਾ ਤੇ ਇੱਥੇ ਹਰ ਦਫ਼ਤਰ ਜਿਹੜਾ ਆ ਕਾਗਜ਼ੀ ਕਾਰਵਾਈ ਪੰਜਾਬੀ 'ਚ ਹੋਣੀ ਚਾਹੀਦੀ ਸਾਰੀ ਸੋ ਉਹਨੂੰ ਲੀਗਲ ਕੀਤਾ ਜਾਵੇ ਉਹ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇ ਇਹ ਗੱਲਾਂ ਹਵਾਈ ਰਹਿ ਜਾਂਦੀਆਂ ਨੇ ਸੋ ਮੈਂ ਹੁਣ ਬੇਨਤੀ ਕਰਾਂਗਾ ਟੁੱਡੀ ਕੇ ਸਾਹਿਬ ਇਹ ਪਾਣੀਆਂ ਤੇ ਇਹਨਾਂ ਨੇ ਵੀ ਬੜਾ ਇਸ਼ੂ ਰੇਸ ਵੱਡਾ ਕੀਤਾ ਸੀਗਾ ਇਹ ਕੁਝ ਬੋਲਣਗੇ ਦੇਖੋ ਪਾਣੀਆਂ ਤਾਂ ਸਾਡਾ ਬਹੁਤ ਵੱਡਾ ਮਾਮਲਾ ਪੰਜਾਬ ਨੂੰ ਜਿਹੜਾ ਪਾਣੀ ਨਹਿਰੀ ਪਾਣੀ ਆ ਉਹ ਸਿਰਫ 24-25% ਮਿਲ ਰਿਹਾ 75% ਪਾਣੀ ਸਾਡਾ ਬਾਹਰ ਜਾ ਰਿਹਾ ਅਤੇ ਜਿਹੜਾ ਨਹਿਰਾਂ ਦਾ ਸਿਸਟਮ ਹੈ ਅੰਗਰੇਜ਼ਾਂ ਨੇ ਬਣਾਇਆ ਸੀ ਉਹਨੂੰ ਕਦੇ ਓਵਰਹਾਲ ਅੱਜ ਤੱਕ ਨਹੀਂ ਕੀਤਾ ਅਤੇ ਨਹਿਰੀ ਸਿਸਟਮ ਦਾ ਬੁਰੀ ਤਰ੍ਹਾਂ ਪੰਜਾਬ ਦੇ ਅੰਦਰ ਪੱਠਾ ਬੈਠਿਆ ਹੈ ਇਹਦੇ ਬਾਰੇ ਸਾਨੂੰ ਧਾਲੀਵਾਲ ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਇਹਨੂੰ ਠੀਕ ਕੀਤਾ ਜਾਊ ਸਾਡੀ ਖਾਸ ਤੌਰ 'ਤੇ ਮੰਗ ਸੀ ਮਾਰਚ ਅਪ੍ਰੈਲ ਅਤੇ ਮਈ ਮਹੀਨਿਆਂ ਦੇ ਵਿੱਚ ਸਾਡੀਆਂ ਫਸਲਾਂ ਨੂੰ ਜਿਹੜਾ ਪਾਣੀ ਹੈ ਉਹ ਉਸ ਬਿਜਲੀ ਵੀ ਬੰਦ ਕਰ ਦਿੰਦੇ ਆ ਨਹਿਰਾਂ ਵੀ ਬੰਦ ਕਰ ਦਿੰਦੇ ਆ ਸਾਡੀ ਸੋਕੇ ਵਰਗੀ ਹਾਲਤ ਬਣਾ ਦਿੰਦੇ ਆ ਪੰਜਾਬ 'ਚ ਅਤੇ ਅਸੀਂ ਮੰਗ ਕੀਤੀ ਵੀ ਇਹ 3 ਮਹੀਨਿਆਂ 'ਚ ਸਾਡੀਆਂ ਨਹਿਰਾਂ ਬਿਲਕੁਲ ਨਹੀਂ ਬੰਦ ਹੋਣੀਆਂ ਚਾਹੀਦੀਆਂ ਇਹ ਭਾਵੇਂ ਸਾਨੂੰ ਐਜੀਟੇਸ਼ਨ ਕਰਕੇ ਜਾਂ ਕਿਵੇਂ ਵੀ ਆ ਪਾਣੀ ਦਾ ਜਿਹੜਾ ਮਾਮਲਾ ਹੈ ਬਹੁਤ ਗੰਭੀਰ ਆ ਅਤੇ ਸਾਡਾ ਪਾਣੀ ਬਹੁਤ ਡੂੰਘਾ ਜਾ ਚੁੱਕਿਆ ਕਈ ਥਾਈ ਸਾਡਾ ਪਾਣੀ ਆ ਜਿਹੜਾ ਥੱਲੇ ਵਾਲਾ ਪੰਜਾਬ 'ਚ ਉਹ ਮਾੜਾ ਵਰਤਣ ਯੋਗ ਨਹੀਂ ਨਾ ਪੀਣ ਯੋਗ ਹੈ ਨਾ ਫਸਲਾਂ ਨੂੰ ਲਾਉਣ ਯੋਗ ਹੈ ਉੱਥੇ ਸਾਨੂੰ ਨਹਿਰ ਦੇ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਜਿਵੇਂ ਅੱਜ ਕਿ ਸਾਡੇ ਫਾਜ਼ਿਲਕਾ ਜ਼ਿਲ੍ਹੇ 'ਚ ਉਹ ਬਾਗਾਂ ਦਾ ਏਰੀਆ ਸਾਰੇ ਬਾਗ ਸੁੱਕ ਗਏ ਇਸ ਗੱਲ ਕਰਕੇ ਉਹਨਾਂ ਨੂੰ ਨਹਿਰੀ ਪਾਣੀ ਨਹੀਂ ਮਿਲਿਆ ਇਸ ਵਾਸਤੇ ਧਾਲੀਵਾਲ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਆਉਣ ਵਾਲੀਆਂ ਮੀਟਿੰਗਾਂ 'ਚ ਇਹਦੇ 'ਤੇ ਅਸੀਂ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਾਂਗੇ ਜਿਹੜਾ ਪਾਣੀਆਂ ਦਾ ਮਾਮਲਾ ਸੈਂਟਰ ਨਾਲ ਵੀ ਆ ਪੰਜਾਬ ਸਰਕਾਰ ਨਾਲ ਲਾਸਟ ਫਿਰ ਅੱਜ ਦੀ ਮੀਟਿੰਗ ਦੇ ਵਿੱਚ ਸਾਡਾ 300 ਕਰੋੜ ਗੰਨੇ ਵਾਲਿਆਂ ਲਈ ਅਤੇ ਮੂੰਗੀ ਦੀ MSP ਦਾ ਜੋ ਕਿਸਾਨਾਂ ਨੂੰ ਨੁਕਸਾਨ ਹੋਇਆ ਉਹ ਦਵਾਉਣ ਲਈ ਸਾਡੀ ਸਿੱਧੀ ਪ੍ਰਾਪਤੀ ਹੈ ਬਾਕੀ ਉਹਨਾਂ ਨੇ ਕਿਹਾ ਵੀ ਮੈਂ ਮਹੀਨੇ ਬਾਅਦ ਮੀਟਿੰਗ ਕਰਿਆ ਕਰੂੰਗਾ ਔਰ 53 ਇਸ਼ੂ ਤੁਸੀਂ ਲਿਆਉਂਦੇ ਨੇ ਇਹਨਾਂ ਨੂੰ 10-10 ਇਸ਼ੂ ਕੱਢ ਕੇ 56 ਇਸ਼ੂ ਲਿਆਉਂਦੇ ਨੇ ਇਹਨਾਂ 'ਤੇ ਕੱਢ ਕੇ 10-10, 12-12 ਕੱਢ ਕੇ ਆਪਾਂ ਲਗਾਤਾਰ ਮੀਟਿੰਗ ਕਰਿਆ ਕਰਾਂਗੇ ਹਰ ਮਹੀਨੇ ਸੋ ਲੱਗਦਾ ਕਿ ਅਸੀਂ ਆਪਣੀ ਏਕਤਾ ਨਾਲ ਆਪਣੇ ਇਕੱਠ ਨਾਲ ਆਪਣੇ ਕਹਿ ਲਓ ਕਿ ਸਾਡੀ ਜਿਹੜੀ ਕਮਿਟਮੈਂਟ ਆ ਉਹਦੇ ਨਾਲ ਅਸੀਂ ਕਿਸਾਨੀ ਦੇ ਮਸਲਿਆਂ ਨੂੰ ਹੱਲ ਕਰਵਾਵਾਂਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੇ ਕੋਈ ਕੁਐਸਚਨ ਕਰਨਾ ਤੁਸੀਂ ਕਰ ਸਕਦੇ ਹੋ ਮੈਂ ਉਹਦੇ ਵਿੱਚ ਦੱਸਣਾ ਚਾਹੁੰਦਾ ਹਾਂ ਕਿਉਂਕਿ ਅੰਦੋਲਨ ਕਾਫੀ ਲੰਬਾ ਚੱਲਿਆ ਜੋ ਫੰਡਸ ਆਏ ਸਨ ਉਹਨੂੰ ਪਹਿਲਾਂ ਜਦੋਂ 26 ਜਨਵਰੀ ਤੋਂ ਪਹਿਲਾਂ ਫੰਡ ਜ਼ਿਆਦਾ ਆ ਰਹੇ ਸਨ ਤਾਂ ਸਾਨੂੰ ਲੱਗ ਰਿਹਾ ਸੀ ਕਿ ਅਸੀਂ ਇਸ ਗੱਲ 'ਚ ਸਮਰੱਥ ਹੈ ਕਿ ਅਸੀਂ ਬਿਲਕੁਲ ਅਸੀਂ 2-2 ਲੱਖ ਰੁਪਇਆ ਦੇ ਸਕਾਂਗੇ ਤਦ ਇਹ ਗੱਲ ਆਖੀ ਗਈ ਸੀ ਪਰ ਲਾਸਟ ਦੇ ਵਿੱਚ ਜਦੋਂ ਅੰਦੋਲਨ ਅਸੀਂ ਉੱਥੋਂ ਧਰਨਾ ਸਮਾਪਤ ਕੀਤਾ ਸੰਘਰਸ਼ ਹੀ ਨਹੀਂ ਖਤਮ ਕੀਤਾ ਉਦੋਂ ਜਦੋਂ ਲੇਖਾ ਜੋਖਾ ਕੀਤਾ ਤਾਂ ਸਾਡੇ ਕੋਲ ਲਗਭਗ ਉਹ ਉਸ ਵੇਲੇ ਸਟੇਜ 'ਤੇ ਜਿਹੜਾ ਸਿੰਘੂਵੜ ਦੀ ਸਟੇਜ 'ਤੇ ਆ ਉਹ ਕੇਵਲ ਅਤੇ ਕੇਵਲ 95 ਲੱਖ ਰੁਪਇਆ ਬਚਿਆ ਸੀ ਸੋ ਅਗਰ ਉਹਨੂੰ ਅਸੀਂ ਡਿਵਾਈਡ ਕਰਦੇ ਸੀ ਤਾਂ ਫਿਰ ਲਖੀਮਪੁਰ ਖੀਰੀ ਦੇ ਕੇਸ ਨੇ ਹਰਿਆਣੇ ਦੇ ਕੇਸ ਨੇ ਉਹ ਕਿਵੇਂ ਲੜਨੇ ਨੇ ਸੋ ਇਹਨੂੰ ਵਿਚਾਰਦੇ ਹੋਏ ਉਹ ਜਿਹੜਾ ਫੰਡ ਹਲੇ ਪਿਆ ਉਹ SKM ਉਹ ਅਜੇ ਕਿਉਂਕਿ ਅਸੀਂ ਉਹ ਚਾਹੁੰਦੇ ਹਾਂ ਕਿ ਪਹਿਲਾਂ ਕਲੀਅਰ ਕਰ ਲਈਏ ਲਖੀਮਪੁਰ ਖੀਰੀ ਵਾਲਾ ਕੇਸ ਸਾਰਾ ਕਿਉਂਕਿ ਹੁਣ ਵੀ ਉਹਦੇ ਵਿੱਚੋਂ 8 ਲੱਖ ਰੁਪਈਆ ਲਖੀਮਪੁਰ ਖੀਰੀ ਗਿਆ 2 ਲੱਖ ਰੁਪਈਆ ਜਿਹੜਾ ਹਰਿਆਣੇ ਵਾਲਾ ਸੁਸਾਈਡ ਕੇਸ ਸੀ ਉਹ 'ਚ ਗਿਆ ਸੋ ਉਹ ਪੈਸੇ ਵਿੱਚੋਂ ਖਰਚ ਹੋ ਰਹੇ ਨੇ ਸੋ ਇਸ ਕਰਕੇ ਜੋ ਸਾਡੇ ਕੋਲ ਫੰਡ ਬਚੇਗਾ SKM ਫੈਸਲਾ ਲਏਗਾ ਉਹਨੂੰ ਅਸੀਂ ਸਾਰਾ ਫਿਰ ਡਿਵਾਈਡ ਕਰ ਦੇਵਾਂਗੇ ਹਾਲ ਦੀ ਘੜੀ ਉਹ ਨਹੀਂ ਦਿੱਤੇ ਗਏ ਅਸੀਂ ਸਰਕਾਰ ਨੂੰ ਅਪੀਲ ਕੀਤੀ ਇਸੇ ਕਰਕੇ
कि जिहड़ा फंड तुसीं किहा सीगा 5-5 लख रुपया वह सारा 5-5 लख रुपया सारे नहीं मिलिया वो तुसीं दिओ ते एक एक सरकारी नौकरी दिओ उहदे वास्ते अगर सानू संघर्ष भी करना पिया जद्दोजहद भी करनी पई वो सरकार दे अंगेस्ट खड़ना भी पिया नहीं करदी सरकार तो वह करांगे असीं जिथे तक कर सकते हैं उन्हां परिवारां दे नाल खड़े हाँ वैसे लोकल जथेबंदियां ने जिथे जिथे उन्हां दे नाल हैगे ने उत्थे काफ़ी उन्होंने सपोर्ट की भी है कुछ एन आर आई भरावान ने सपोर्ट भी की है पर एस के एम के कोल जिहड़ा फंड बहुत बड़ा नहीं बचिया इस करके सानू इस वेले ज़्यादा यह लोड़ है कि जिहड़े बच्चे साडे जेलों के अंदर ने उन्होंने लैके आना सारे केसा खत्म करना सो ये करके वो जरा फंड है हले उन्होंने स्टॉप किया हुआ जी होर कोई सवाल जी हाँ एक जरूर रमिंदर जी ने हुणी दस्सिया पटियाला साहब ने क्योंकि साडे लीगल टीम के मैंबर रहे हैं जिहड़े सरकार ने सानू कहा सी साडा वादा किया सी केंद्र सरकार ने भई कोई भी जिन्हें परचे दर्ज होए ने वो सारे के सारे परचे चाहे दिल्ली के ने चंडीगढ़ के ने चाहे वह किसी स्टेटा के ने तो उन्होंने कहा जिते बीजेपी दियां सरकारां ने उत्थे तां तुरंत कर ले जाणगे तो बाकियों नूं असीं लिख दिता सो ये कहण दा भाव है कि सरकार उस गल तो मुकरी है अज नोटिस आने शुरू हो गए हैं किसानों वो जिहड़े परचे दर्ज किए हुए हैं इस करके असीं ताड़ना करते हैं भारत सरकार नूं और उन्हां जिहड़ी सरकार जिहड़ी भी नोटिस भेज रही है जे कोई स्टेट की भेजती है तो उन्होंने भी जिवें हुण यूपी दे विच इन्हां दी बीजेपी की सरकार है वह भी भेज सकती है सो उन्हां सरकारां नूं ताड़ना करते हैं कि जेकर तुसीं अपने किए हुए वादे तो पिछे हटे तो फिर सानू जिवें असीं हुण एस के एम ने एक उलीकिया है कि 18-19 ते 20 अगस्त नूं असीं वड्डा मोर्चा लाउण जा रहे हैं लखीमपुर खीरी तो फिर वो मोर्चे होर लंबे भी हो सकते हैं बड़े भी हो सकते हैं दिल्ली नूं भी घेर सकते हैं सरकार नूं ताड़ना करते हैं कि इन्हां अपनियां हरकतां तों बाज आ जाओ और जिहड़ा वादा कीता होया सारे दे सारे परचे जिहड़े रद्द करो चंडीगढ़ दे विच भी परचे ने असीं राजपाल साहब नूं भी मिले सी उन्हां ने बेनती की सी उह मन्ने भी पर अजे तक कैंसल नहीं हुए वो परचे असीं बेनती करदे हां चंडीगढ़ दे विच बैठे हुए भी फौरी तौर ते जिहड़े परचे ने उह कैंसल कीते जाण ते 31 तरीक नूं असीं पूरा पंजाब दे विच चक्का जाम करांगे सारे इंडिया दे विच चक्का जाम करांगे कल्ले रेलवे दा चक्का जाम होऊगा 11 बजे तो 3 बजे तक वो जिवें साथी ने दस्या साडे लखवाल साहब ने असी वो कोई कन्फ्यूजन ना रहे असी यह जिहड़ा 4 घंटे का जाम है शहीद ऊधम सिंह उन्होंने समर्पित करांगे और यह भी गल नाल ही है उन्होंने पूर्णिया के चलते हुए क्योंकि संघर्षशील रहे हैं असी यह भी लाया कि पंजाब के लोगों को परेशान नहीं करना क्योंकि सदा एस के एम का पूरा भारत जामदा सी चक्का जामदा सी पर असी पंजाब केवल ट्रेनों का किया क्योंकि केंद्र सरकार अपनी गल तो मुक रही है जिहड़ा रेलवे डिपार्टमेंट है और रिलेटड है केंद्र के नाल ता कि केंद्र नूं सबक सिखाया जा सके सो वो 4 घंटे लिए बिल्कुल चक्का जाम होएगा 31 तरीक नूं उहदे च कोई कन्फ्यूजन नहीं उहदे च इन्ना कहे 11 बजे तो लैके 3 बजे तक 11 बजे तो लैके 3 बजे तक बिल्कुल शांतमई होगा शहीद ऊधम सिंह उन्हां नूं श्रद्धांजलि होगी एस के एम वालों ये उन्हां नूं समर्पित है मैं पहला भी दस्या उन्हां नूं श्रद्धांजलि होएगी साडे वालों सच्ची क्योंकि वह लंबा समा उन्होंने संघर्ष के उम्र बिताई है सो वो संघर्षशील रहे हैं असी भी उन्होंने पूर्णा के चलते हुए उन्होंने श्रद्धांजलि देवे उस ये जी 18 तरीक जिस दिन पार्लीमेंट सैशन होया उदन तो कन्वेंशन शुरू ने 30 तक हाँ जी रमन जी हाँ जी हाँ जी रमन जी मैं पहला तो बेनती कर ला केवल तो केवल जिहड़े ये एस के एम का एजेंडा सी कि जिहड़े राजनीतिक लोग ने जिहड़े राजनीति चले गए ने उन्हां तो दूरी बनाउणी है इस करके चडूनी साहब तो राजेवाल साहब तो दूरी बनाई गई सी पर जिहड़ा शिव कुमार कक्का जी डल्लेवाल साहब ने उन्हां नूं किसी ने बाहर नहीं कढ़िया हाले भी साडी उन्हां नाल विचार चर्चा चल रही है हाले भी गल चल रही है कि आपां एकता च रहना कुछ मतभेद विचारक पए ने आपस विच उह दूर कर ले जाणगे मैं मीडिया कर्मी भरावां नूं बेनती करांगा खासकर रमन जी तुसीं सवाल कीता तुहाडे चैनल नूं भी हत्थ जोड़ के बेनती करांगे इदां दी गल ना नजर करिया करो कढ दित्ता किसी ने कढ़िया नहीं है केवल केवल भ्रम पाया जा रहा मैं माफ़ी चाहवांगा तुहाडे कोलों पहलां पर यह भ्रम फैलाया जा रहा कढ़िया किसी नहीं है वह नाराज़ ने थोड़ा जे करो कोशिश कर रहे हैं नाराजगी दूर हो जाए आपां एक मुठ नाल एक सुर च नजर आवांगे मैं तुहाडी गल का जवाब दिना है
मैं परसों तुसी परसों दे जिक्र कीता, परसों ही असी एक टीम साड़ी जड़ी एसकेएम वालों पांच मैंबर ही साड़ी चार मैंबरी टीम जड़ी गई है और वो जो तीन मैंबर असी गए सां, मैं गया सीगा, सतनाम सिंह बैरू गए सन, बलकंद सिंह बराड़ गए सन। सो असी तीनों ही डलियाल साहब नूं अपील करके आए हाँ, मिल के आए उन्होंने, उन्होंने सानू इस गल का कहा भी असी अपना जिहड़ा ग्रुप साडा 60 जथेबंदियां दा एक अलग उत्थे थड़ा तैयार होया, उन्होंने मीटिंग करके फिर असी तुहाडा राबता कायम करांगे। सो असी उन्होंने टाइम दे के आए एक हफ्ते का, भी आपां एक हफ्ते के बिच फिर बैठांगे। सो वह कोई गल नहीं, वाहगुरु करूगा अगे। जदों पहला भी पंजाब च मैं कली कली जथेबंदी लड़ती सी, पर साड़ी लड़ाई एक है, उन्हां दी भी उही लड़ाई है, साड़ी भी उही है, ते उहदे वास्ते एक सुर नजर आवां। असीं क्लीयर कट किया कि जिन्ना चिर साडा आपसी तालमेल पूरा नहीं बनता, उन्होंने कॉल कोई वक्री देती एस के एम तो, सो असी कोशिश कर रहे हैं जे बाई तो पहला बाई तो अज होगी, मैं कहांगा आप इत्थे बैठे अगली 22 अगस्त, चलो 22 अगस्त की गल है भी असी ऑलरेडी 18-19-20 अगस्त जो लखीमपुर खीरी होना है, जे तो वह लंबा नहीं चलता, उत्थे विचार चर्चा करांगे, जो एस के एम फैसला करेगा, एस के एम फैसला करेगा वो मुताबिक चलो। मैं एक बेनती करा, असल दे विच पोलीटिकल नॉन पोलीटिकल की कन्फ्यूजन पैदा की जा रही है, कोई ऐसी गल नहीं, जेडे पोलीटिकल नॉन पोलीटिकल आप सारे किसी ना किसी पार्टियां ना पहला रिलेटेड होया करते सर, पर जदों केवल असी यह दसना चाहते हैं कि मैं मानसा जी को कहांगा शांत रहो, कोई गल नहीं, मैं बेनती करांगा कि असी केवल तो केवल इतने पोलीटिकल लाइन छड़ के आए सारे, और ये कोई पोलीटिकल नहीं है, सारे नॉन पोलीटिकल ने। बाकी जो जवाब है मैं, क्योंकि एस के एम दे जिहड़ी साडी कोआर्डीनेशन कमेटी है उहदे मैंबर दर्शनपाल जी हैगे ने, देखो असी किसानी मुद्दे ते इकट्ठे हैं, कोई कांग्रेसी है, कोई अकाली है, कोई कम्यूनिस्ट है, कोई नास्तिक है, कोई आस्तिक है, कोई मुस्लिम है, कोई हिंदू है, कोई सिख है, ये अलग अलग चीज़ा ने। असी किसानी दे कुछ मुद्दों ते इकट्ठे हैं, ये साडी राजनीति है, किसानी दे मुद्दों लई MSP लड़ना साडी राजनीति है, सो इस करके ये राजनीति असी करते हैं, वो सानू MSP नहीं देना चाहते, असी MSP लड़ रहे हैं, वो सानू लीगल कानून नहीं बना के देना चाहते, वो असी लई लड़ते हैं, ये उन्हां दी राजनीति है, इधर साडी राजनीति है। सो ये राजनीतिक पार्टी बना के किसी ने उहदे च जाना है, वो अलग मसला, जिन्हां ने राजनीतिक पार्टी बना के गए ने उन्हां नू अलग तरह डील किया। मान लो किसी ने इलैक्शन लड़ी है, किसी वेले इलैक्शन लड़ना कोई क्राइम पाप थोड़ा, इलैक्शन लड़ के अगला बंदा कहिंदा जी मैं तो इस यूनियन च काम करदा, मैं इस यूनियन का मतलब के लीडर भी नहीं हाँ, जे मैं लीडर हाँ तो मैं किसी पार्टी का लीडर नहीं हाँ, इस करके मैं यूनियन दे विच रह के कट्ठे मोर्चे च रहना चाहुंदा, आओ आपां कट्ठे होके लड़िए, ये कोई गलत गल नहीं है, असी कट्ठे होए हैं, मैं भी डल्लेवाल नाल सीगा, कई होर साथी डल्लेवाल नाल सीगे, इस करके क्योंकि उदों संयुक्त समाज मोर्चे के बनते भिन्नतावां आईयां सी, लेकिन असी सारिया ने तय किया कोआर्डीनेशन कमेटी ने कि यह तरीका नहीं है, ये अपने अंदोलन नू, अपने मोर्चे नू कमजोर करूगा, जे अज भी असी इस करके SSM दे नालों 16 जथेबंदियां ने क्लीयर कट ऐलान नाले कई तो गए भी नहीं सी भी साडा कोई रिश्ता नहीं है, SSM एक पार्टी है, राजेवाल साहब हुण हले भी कहिंदे ने कि SSM पार्टी है, असी बनाई है, असी 24 दीआं चोणां भी लड़ांगे, उन्हां नू मुबारक, कल राजेवाल साहब भी कहते हैं भाई SSM मैं नहीं है, SSM असी छड़ता, पार्टी छड़ती, आओ आप कट्ठे हो गए किसानों की लड़िए, किसान राजेवाल साहब नू भी जी आया कहेंगे असी। सो ये जो तरीका है सोचने का भी अज किसी भी ये गरंटी किवें हो।